ਧਰਤੀ ਚ ਪਾਣੀ ਹੈਗਾ, ਪਾਣੀ ਧਰਤੀ ਵਿਚੋਂ ਕੱਢ ਕੇ ਆਪਣੇ ਇਸਤੇਮਾਲ ਵਾਸਤੇ ਲਿਆਉਣ ਵਾਸਤੇ ਕੋਈ ਯੁਕਤੀ ਦੀ ਲੋੜ ਹੈ। ਉਹ ਅਸੀਂ ਇਨਸਾਨਾਂ ਨੇ ਯੁਕਤੀ ਕੱਢੀ ਹੈਂਡ ਪੰਪ, ਉਹਦੇ ਵਿੱਚ ਕੀ ਕਰਦੇ, ਪਹਿਲਾਂ ਬੋਰਿੰਗ ਕਰਦੇ ਹਾਂ। ਮੋਟੀ ਇਹਦੇ ਮਿਸਾਲਾਂ ਨਾ ਕਰ ਜਾਂਦੀਆਂ ਇਨਸਾਨ ਦੇ ਫਲਾਸਫੀ ਚੁੱਕੀ ਫਲਾਸਫੀ ਕੰਮ ਨਹੀਂ ਆਉਂਦੀ, ਉਹ ਝੱਟ ਭੁੱਲ ਜਾਂਦੀ ਹੈ। ਮਿਸਾਲਾਂ ਬੜੀ ਕਾਰਗਰ ਹੁੰਦੀਆਂ, ਬੜੀ ਫਾਇਦੇਮੰਦ ਬੜੇ ਤਹੱਮਲ ਨਾਲ ਬੜੇ ਸਬਰ ਸਬੂਰੀ ਨਾਲ ਹੁਣ ਵੀ ਆਇਆ ਪਾਰ ਪੱਟਿਆ ਪਾਰ ਉਹ ਕਰੀ ਜਾਂਦੇ ਆ, ਬੋਰਿੰਗ ਕਰੀ ਜਾਂਦੇ ਕਿਤੇ 100 ਫੁੱਟ ਤੇ ਕਿਤੇ 80 ਫੁੱਟ ਤੇ ਕਿਤੇ 150 ਫੁੱਟ ਤੇ ਜਾ ਕੇ ਪਾਣੀ ਮਿਲਦਾ। ਜਾਣਦੇ ਹੋ ਨਿਰਾਸ਼ ਕੇ ਮਾਰੋ, ਉਹ ਸਬਰ ਸਬੂਰੀ ਨਾਲ ਬੋਰਿੰਗ ਕਰੀ ਜਾਂਦੇ ਆ। ਜਦੋਂ ਪਹੁੰਚ ਗਿਆ ਫਿਰ ਹੋਵੇ ਹਵਾ ਕੱਢਣੀ ਪੈਂਦੀ ਹੈ, ਉਹਦੇ ਵਿੱਚ ਜਿਹੜੀ ਨਾਲ ਨਾਲ ਹਵਾ ਜਾਂਦੀ ਹੈ ਉਹ ਕੱਢਣੀ ਪੈਂਦੀ। ਜੇ ਹਵਾ ਨਾ ਕੱਢੀ ਜਾਵੇ ਬਾਹਰਲਾ ਪਾਣੀ ਤੇ ਅੰਦਰਲਾ ਪਾਣੀ ਬਾਹਰੋਂ ਪਾਣੀ ਪਾਉਂਦਾ ਪੈਂਦਾ ਤਾਂ ਕਿ ਉਹ ਹਵਾ ਸਾਰੀ ਉਹਦੇ ਚੋਂ ਨਿਕਲ ਜਾਵੇ। ਇੱਥੇ ਕੀ ਹੈ, ਅਸੀਂ ਇਹ ਬੋਰਿੰਗ ਕੀ ਹੈ, ਇਹ ਸਿਮਰਨ ਹੈ। ਇੱਕ ਤਾਂ ਸਾਡਾ ਸਿਮਰਨ ਹੈ ਜਿਹੜਾ ਹੌਂਸਲ ਕਰਦੇ ਸੀ, ਗੁਰਦੁਆਰੇ ਚ ਕਰਦੇ ਵਾਹਿਗੁਰੂ 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 ਜਾਂ ਚੁੱਪ ਕਰਕੇ ਤੁਸੀਂ ਸਿਮਰਨ ਕਰਦੇ ਹੋ, ਇਹ ਹੈ ਬਾਹਰ ਮੁਖੀ ਸਿਮਰਨ। ਇਹੀ ਬਾਹਰ ਮੁਖੀ ਕਰਦਿਆਂ ਕਰਦਿਆਂ ਇਹ ਅੰਦਰ ਮੁਖੀ ਹੋ ਜਾਣਾ। ਅੰਦਰ ਮੁਖੀ ਬੋਰਿੰਗ ਕਰਨੀ ਹੈ, ਸਿਮਰਨ ਕਰਨਾ, ਅੰਦਰ ਵੜਨਾ ਹੈ। ਤੇ ਅਸੀਂ ਥੋੜੇ ਜਿਹੇ ਪਾਠ ਕਰ ਲਿਆ, ਗੁਰਦੁਆਰੇ ਜਾਏ ਕੀਰਤਨ ਕਰ ਲਿਆ, ਸੁਣ ਲਿਆ, ਉਹਨੇ ਕਿਹਾ ਤੇਰੇ ਬੰਦੇ ਪਤਾ ਨੀ ਸੀ ਵੀ ਪੜ੍ਹਾਈ ਹੈ ਜਿਦਾਂ ਬਾਹਰੋਂ ਹੀ ਨੀ ਕਰਨ ਲੱਗੇ, ਅਜੇ ਤਾਂ ਮੂੰਹ ਨਾਲ ਵੀ ਅਸੀਂ ਸ਼ੁਰੂ ਨੀ ਕੀਤਾ ਤੇ ਮੂੰਹ ਤੋਂ ਹਾਂ ਫਿਰ ਅੰਦਰ ਮੁਖੀ ਜਾਣਾ ਹੈ। ਇੱਥੇ ਫਿਰ ਸ਼ਬਦ ਸ਼ੁੱਧ ਦੁਆਰਾ ਅੰਦਰ ਵੜਨਾ ਹੈ, ਜਿਵੇਂ ਬੋਰਿੰਗ ਕਰਨ ਦਾ ਜਿਹੜੀ ਹੁੰਦੀ ਹੈ ਨਾ, ਇਸੇ ਤਰ੍ਹਾਂ ਸ਼ਬਦ ਸ਼ੁੱਧ, ਸਾਡੀ ਸ਼ਬਦ ਸ਼ੁੱਧ ਹੈ। ਗਿਆਨੀ ਕਹਿ ਦਿੰਦੇ ਹੈ, ਕਿਤਾਬਾਂ ਚ ਲਿਖਿਆ ਹੋਇਆ ਹੈ, ਬਾਣੀ ਚ ਲਿਖਿਆ, ਸ਼ਬਦ ਸ਼ੁੱਧ ਦੁਆਰਾ ਸਿਮਰਨ ਕਰਨਾ ਅੰਦਰਲਾ। ਨਾ ਸਾਨੂੰ ਸ਼ਬਦ ਦਾ ਪਤਾ ਹੈ ਤੇ ਨਾ ਸਾਨੂੰ ਸੁਰਤ ਦਾ ਪਤਾ, ਮੋਟੀ ਜੀ ਗੱਲ ਸੰਤਾਂ ਦੇ ਪੇਸ਼ ਕਰਦਾ। ਬਾਕੀ ਗਿਆਨੀਆਂ ਦੀ ਤਾਂ ਬੜੀ ਬੜੀ ਬਰੀਕੀ ਗੱਲਾਂ ਹੁੰਦੀਆਂ। ਪਾਣੀ ਕੱਢਣ ਵਾਸਤੇ ਖੂਹ ਚੋਂ ਇੱਕ ਲੱਜ ਹੁੰਦੀ ਹੈ, ਦੋ ਚਾਰ ਲੱਜਾਂ ਨਹੀਂ ਹੁੰਦੀਆਂ, ਇੱਕੋ ਹੀ ਲੱਜ ਹੁੰਦੀ ਹੈ ਤੇ ਬਾਲਟੀ ਵੀ ਇੱਕੋ ਹੁੰਦੀ ਹੈ, ਉਹਨੂੰ ਲਮਕਾ ਦੇਈਦਾ ਤੇ ਉਹ ਪਰਚੀ ਦੇ ਤਾਂ ਖਿੱਚ ਲਈਦਾ। ਸਾਡੀ ਜਿਹੜੀ ਹੁਣ ਦਿੱਤੀ ਹੈ ਕਿੱਥੇ ਫਸੀ ਕਿੱਧਰ ਤੇ ਝਾਕਦੇ ਹਾਂ, ਇੱਧਰ ਝਾਕੋ। ਸੁਰਤ ਸ਼ਬਦ ਹੈ, ਸੁਰਤ ਸਾਡੀ ਸੁਰਤ ਇਸ ਵੇਲੇ ਸਾਰਾ ਪਾਸਾ ਦੌੜ ਰਹੀ ਹੈ। ਇੱਕੇ ਮਿੰਟ ਦੇ ਵਿੱਚ, ਇੱਕੇ ਵਕਤ, ਇੱਕੋ ਮੂਵਮੈਂਟ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਪਛ ਭੱਜੀ ਸਕਦੀ ਹੈ। ਕਿਤੇ ਉਹ ਦੁੱਧ ਵੀ ਰਿੜਕਦੀ ਹੈ ਜਨਾਨੀ ਤੇ ਦੂਏ ਪਾਸੇ ਉਹ ਬੱਚੇ ਨੂੰ ਵੀ ਕਹਿੰਦੀ ਹੈ ਉਹ ਕਰ ਤੀਸਰੇ ਪਾਸੇ ਹੋਰ ਵੀ ਕਿਸ ਪਾਸੇ ਧਿਆਨ ਦਾ, ਆਦਮੀ ਵੀ ਇਸੇ ਤਰ੍ਹਾਂ ਕੰਮ ਕਰਦੇ ਹੈ ਤੇ ਵੀ ਪਾਸਿਓਂ ਰੱਜਾ ਸਵਾਲ ਜਵਾਬ ਹੁੰਦੇ ਹੈ। ਚਾਰ ਸਵੇਰੇ ਇੱਕ ਪਾਸਾ ਤਾਂ ਹੈ ਹੀ ਨਾ, ਦੋ ਕੰਨਾਂ ਹੈ, ਜਿੱਥੇ ਸੁਰਤ ਲੱਗਣੀ ਹੈ ਉਹ ਵੀ ਇੱਕ ਹੋਣਾ ਚਾਹੀਦਾ।
ਹੁਣ ਜਦੋਂ ਬੋਰਿੰਗ ਕਰਦੇ ਤਾਂ ਇੱਕ ਸੁੱਖ ਹੁੰਦੀ ਹੈ ਨਦੀ ਦੇ ਥੱਲੇ ਦੇ ਉੱਤਰੀ ਜਾਣਾ ਉੱਤਰੀ ਜਾਣਾ ਚ ਪਾਣੀ ਪਾਣੀ ਮਿਲਦਾ। ਤੇ ਹੁਣ ਸਾਨੂੰ ਤਾਂ ਅਜੇ ਨਾ ਸ਼ਬਦ ਦਾ ਪਤਾ ਹੈ ਨਾ ਸੁਰਤ ਦਾ ਪਤਾ। ਹੁਣ ਸੁਰਤ ਕਦੇ ਇਕੱਠੀ ਹੋਈ ਹੋਵੇ ਤਾਂ ਪਤਾ ਲੱਗਿਆ ਸੁਰਤ ਹੈ, ਇਕੱਠੀ ਤਾਂ ਕਦੇ ਹੋਈ ਨੀ। ਹਾਂ ਹੁੰਦੀ ਹੈ ਕਦੇ 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 ਕਿਵੇਂ ਹੁੰਦੀ ਹੈ ਉਹ ਦੁਨੀਆਂ ਦੀ ਗੱਲਾਂ ਵਿੱਚ ਜਦੋਂ ਹਿਸਾਬ ਵਿੱਚ ਪਏ ਹੁੰਦੇ ਹੈ ਜੋ ਨਫ਼ਾ ਨੁਕਸਾਨ ਦੇਖਦੇ ਹੈ ਉਦੋਂ ਸੁਰਤ ਪਈ ਹੁੰਦੀ ਹੈ, ਜਦੋਂ ਕੋਈ ਬਿਮਾਰ ਪਿਆ ਹੁੰਦਾ ਉਦੋਂ ਉਹਦੀ ਸੁਰਤ ਪਈ ਹੁੰਦੀ ਹੈ, ਉੱਥੇ ਇੱਕ ਜਗ੍ਹਾ ਇਕੱਠੀ ਹੋ ਜਾਂਦੀ ਹੈ। ਪਰ ਦੁਨੀਆਂਦਾਰੀ ਹੈ ਨਾ, ਜੇ ਬਿਮਾਰ ਹੋਈਏ ਤਾਂ ਸਾਡੀ ਸੁਰਤ ਬਿਮਾਰੀ ਹੀ ਪਈ ਹੁੰਦੀ ਹੈ। ਜਿੱਥੇ ਤੁਹਾਡੀ ਸੁਰਤ ਲੱਗੀ ਹੈ ਉਹ ਤੁਸੀਂ ਸਿਮਰਨ ਕਰ ਰਹੇ ਹੋ, ਉਹ ਬੋਰਿੰਗ ਹੈ। ਜਿਸ ਚੀਜ਼ ਦਾ ਸਿਮਰਨ ਕਰਦੇ ਹੋ ਮਾਂ ਨੂੰ ਮੱਚਾ ਮੱਥਾ ਮਿਲਿਆ ਜੋ ਸਾਰਾ ਦਿਨ ਉੱਥੇ ਹੀ ਸੁਰਤ ਉਹਦੀ ਪਈ ਜਾਂਦੀ ਹੈ। ਉਹ ਰੱਬ ਦਾ ਕਿੱਥੇ ਕਰੇਗੀ ਸਿਮਰਨ, ਉਹ ਤਾਂ ਬੱਚਾ ਹੀ ਉਹਦਾ ਮੈਂ ਮੇਰਾ ਬੱਚਾ ਮੇਰਾ ਬੱਚਾ ਸਾਰਾ ਦਿਨ ਉੱਥੇ ਹੀ ਸਿਮਰਨ ਹੋਊਗਾ। ਇਸੇ ਤਰ੍ਹਾਂ ਜਿਹਨੂੰ ਸਾਰਾ ਦਿਨ ਅਜੇ ਖੇਤੀ ਵਾਲੇ ਹੈ ਉਹਨਾਂ ਸਾਰਾ ਦਿਨ ਉਹ ਖੇਤੀ ਕੀ ਸੁਰਤ ਉਹ ਸਿਮਰਨ ਕਰ ਰਹੇ ਖੇਤੀ ਦਾ, ਦੁਕਾਨਦਾਰ ਸਿਮਰਨ ਕਰ ਰਹੇ ਆਪਣੀ ਚੀਜ਼ਾਂ ਦਾ ਤੇ ਉਹਦੇ ਨਫ਼ਾ ਨੁਕਸਾਨ ਦਾ ਸਿਮਰਨ। ਜਿਸ ਚੀਜ਼ ਦਾ ਤੁਸੀਂ ਮੁੜ ਮੁੜ ਕੇ ਸਿਮਰਨ ਕੀ ਚੀਜ਼ ਹੈ ਇਹ ਵੀ ਸਮਝਾਉਣ ਦੀ ਲੋੜ ਹੈ। ਜਿਹਨੂੰ ਮੁੜ ਮੁੜ ਕੇ ਸਿਮਰਿਆ ਜਾਵੇ ਯਾਨੀ ਯਾਦ ਕੀਤਾ ਜਾਵੇ, ਮੁੜ ਮੁੜ ਕੇ ਜਿਹਨੂੰ ਯਾਦ ਕੀਤਾ ਜਾਵੇ ਉਹ ਸਿਮਰਨ ਵੀ ਕਿਹਾ ਜਾਣਾ। ਉਹ ਸਿਰ ਪੱਕ ਜਾਂਦਾ ਹੈ, ਫਿਰ ਇੰਨਾ ਪੱਕ ਜਾਂਦਾ ਹੈ ਕਿ ਫਿਰ ਉਹ ਉਸਨੂੰ ਕੱਢਣਾ ਔਖਾ ਹੋ ਜਾਂਦਾ ਹੈ। ਕਿਸੇ ਨਾਲ ਨਫ਼ਰਤ ਹੋ ਗਈ, ਕਿਸੇ ਨਾਲ ਦੁਸ਼ਮਣੀ ਪੈ ਗਈ ਤੇ ਸਾਡੇ ਅੰਦਰ ਉਹਦੀ ਨਫ਼ਰਤ ਭਰ ਗਈ, ਜੈਲਸੀ ਬਣ ਗਈ, ਐਲਰਜੀ ਹੋ ਗਈ, ਤੇ ਉਸ ਐਲਰਜੀ ਨੂੰ ਜਦੋਂ ਉਹ ਖਿਆਲ ਆਉਂਦਾ ਉਸ ਦੁਸ਼ਮਣ ਦਾ ਤੇ ਉਦੋਂ ਹੀ ਮਨ ਸੜ ਜਾਂਦਾ, ਵਧ ਜਾਂਦਾ ਗੁੱਸੇ ਨਾਲ ਤੇ ਦਵਾਇਤ ਨਾਲ। ਇਹ ਕੋਈ ਸਮਝਾਉਂਦਾ ਭਾਈ ਤੂੰ ਤਾਂ ਸੜਿਆ ਪਿਆ ਹੈਗਾ, ਤੇਰੇ ਤਾਂ ਕੰਮ ਨੀ ਕਿੰਨੇ ਜਾਣਿਆਂ ਨੇ ਐਲਰਜੀ ਕੀਤੀ ਹੋਈ, ਤੂੰ ਤਾਂ ਜਿਹੜਾ ਸੜੇ ਤੂੰ ਉਹਨੂੰ ਛੱਡ ਦੇ। ਉਹ ਕਹਿੰਦਾ ਹਾਂ ਵੀ ਸੱਚੀ ਤਾਂ ਗੱਲ ਇਹ ਹੈ ਕਿ ਜਦੋਂ ਮੈਂ ਉਹਨੂੰ ਯਾਦ ਕਰਦਾ ਇੱਕਦਮ ਅੰਦਰ ਅੰਦਰ ਭਾਵ ਮੇਰਾ ਸੜ ਜਾਂਦਾ ਹੈ। ਫਿਰ ਉਹਨੂੰ ਉਹ ਮਨ ਤਾਂ ਕਹਿੰਦਾ ਹੈ ਕਿ ਹਾਂ ਤੂੰ ਨਾ ਯਾਦ ਕਰਿਆ, ਪਰ ਤੂੰ ਅਸੀਂ ਯਾਦ ਕੀਤਾ। ਧਿਆਨ ਰੱਖੋ ਅਸੀਂ ਯਾਦ ਕੀਤਾ ਹੋਇਆ, ਅਸੀਂ ਸਿਮਰਿਆ ਹੋਇਆ, ਅਸੀਂ ਚੇਤੇ ਵਿੱਚ ਮੁੜ ਮੁੜ ਕੇ ਲਿਆ ਕੇ ਮੁੜ ਮੁੜ ਕੇ ਚੇਤੇ ਵਿੱਚ ਲਿਆਉਣ ਦਾ ਨਾਂ ਸਿਮਰਨ ਹੈ। ਸਿਮਰਨ ਜਿਸ ਚੀਜ਼ ਦਾ ਕੀਤਾ ਹੋਇਆ ਹੈਗਾ ਉਹ ਚੀਜ਼ ਤੁਹਾਨੂੰ ਪ੍ਰਾਪਤ ਹੋਣੀ ਹੈ, ਤੇ ਕੁਝ ਸਮਾਂ ਪਾ ਕੇ ਜਿਹੜੀ ਚੀਜ਼ ਦਾ ਸਿਮਰਨ ਹੈ ਉਹ ਤੁਹਾਡਾ ਰੱਬ ਬਣ ਜਾਏਗਾ, ਗੁਰੂ ਬਣ ਜਾਏਗਾ। ਉੱਪਰੋਂ ਮੱਥੇ ਕਿਸੇ ਨੂੰ ਟੇਕੀ ਜਾਓ ਗੁਰੂ ਦਾ ਉਹਦਾ ਗੰਗਾ ਸਿਮਰਨ ਕਰਦੇ ਹੋ, ਉਹ ਗੁਰੂ ਉਹ ਰੱਬ ਹੈ। ਉੱਪਰੋਂ ਦਿਖਾਵਾ ਆਪਣੇ ਮਨ ਦੀ ਵੀ ਤਸੱਲੀ ਵਾਸਤੇ ਤੇ ਲੋਕਾਂ ਨੂੰ ਦਿਖਾਵੇ ਵਾਸਤੇ ਮੱਥੇ ਟੇਕਦੇ ਫਿਰਦੇ ਹਾਂ। ਸਿਮਰਨ ਤਾਂ ਉਹ ਹੈ, ਇੱਕ ਬਿਮਾਰ ਹੈ ਮੇਰੇ ਇੱਥੇ ਹੁੰਦਾ, ਮੇਰੇ ਇੱਥੇ ਹੁੰਦਾ, ਮੈਂ ਕਿਹਾ ਤੂੰ ਰੱਬ ਦਾ ਨਾ ਮਿਲੇ, ਕਹਿੰਦੀ ਹਾਂ ਮੈਂ ਸੁਖਮਨੀ ਪਾਠ ਕਰਦੀ ਹੁੰਦੀ ਹਾਂ। ਅੱਛਾ ਯਤਨਾਂ ਵੀ ਕਰਦੀ ਹੈ, ਮੈਂ ਤੂੰ ਕਿਉਂ ਝੂਠ ਬੋਲਦੀ ਹੈ, ਉਹ ਤੂੰ ਤਾਂ ਸਿਮਰ ਸਾਰਾ ਤੇਰਾ ਜਿਹੜਾ ਦਰਦ ਹੁੰਦਾ ਉਸੇ ਦਾ ਕਰਦੀ ਹੈ, ਆਪਣੇ ਸਰੀਰ ਦਾ ਕਰਦੀ ਹੈ, ਆਪਣੇ ਦਰਦਾਂ ਦਾ ਸਿਮਰਨ ਤੂੰ ਕਰਦੀ ਹੈ, ਤੂੰ ਰੱਬ ਦਾ ਸਿਮਰਨ ਕਿਉਂ ਆਪਣੇ ਆਪ ਨੂੰ ਧੋਖਾ ਦਿੰਦੀ ਹੈ। ਜਿਸ ਚੀਜ਼ ਦਾ ਦਿਨ ਰਾਤ ਸਿਮਰਨ ਕਰਦੇ ਹੋ ਉਹੀ ਤੁਹਾਡਾ ਰੱਬ ਹੈ, ਉਹੀ ਤੁਹਾਡਾ ਗੁਰੂ ਹੈ। ਪਖੰਡ ਨਾ ਕਰੀਏ ਰੱਬ ਨਾਲ, ਉਹ ਰੱਬ ਦਾ ਜਾਣੀ ਜਾਣਾ।